ਇੱਥੇ ਤੇ ਬਛਿੰਦੇ ਜਾਂ ਉਧਰੋਂ ਆਏ ਸੀ? ਸਰਲੀ ਜੋ ਹੈ, ਛੋਟੀ ਸਰਲੀ। ਅੱਛਾ, ਛੋਟੀ ਸਰਲੀ ਪਿੰਡ। ਤੇ ਇਹਦਾ ਜ਼ਿਲ੍ਹਾ ਕਿਹੜਾ ਸੀ? ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ। ਤੇ ਤਹਿਸੀਲ? ਤਰਨ ਤਾਰਨ ਤਹਿਸੀਲ। ਅੱਛਾ ਬਜ਼ੁਰਗ, ਇਹ ਦੱਸੋ ਜਿਹੜਾ ਆਪਣਾ ਪਿੰਡ ਸੀਗਾ ਸਰਲੀ, ਇਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀ? ਦੋ ਸਰਲੀਆਂ ਸੀ। ਹਾਂਜੀ, ਇਕਲਗੱਡਾ। ਪਾਕਿਸਤਾਨ ਹਿੰਦੁਸਤਾਨ ਬਣਿਆ ਤੇ ਉਦੋਂ ਆਪਣੀ ਉਮਰ ਕਿੰਨੀ ਸੀ? ਅੱਛਾ, 15-16 ਸਾਲਾਂ। ਚੰਗਾ ਚੇਤੇ ਸੀ। ਅੱਛਾ, ਸਾਰੀਆਂ ਨਜ਼ਰ ਆਉਂਦੀਆਂ ਅੱਖਾਂ। ਸਾਡੇ ਪਿੰਡ ਸਿੱਖਾਂ ਦੇ ਘਰ ਜ਼ਿਆਦੇ ਸੀ ਅਤੇ ਅਸੀਂ ਮੁਸਲਮਾਨ ਸੀ ਥੋੜ੍ਹੇ ਘਰ ਥੋੜ੍ਹੇ ਘਰ ਅਤੇ ਸਾਨੂੰ ਉੱਥੋਂ ਜਗ੍ਹਾ ਛੱਡਣੀ ਪਈ। ਨਾਲ ਸਾਨੂੰ ਕਿਸੇ ਸਿਆਣੇ ਆਦਮੀ ਨੇ ਦੱਸਿਆ ਵੰਡ ਪਈ ਆ। ਅੱਛਾ, ਜਾਣਾ ਪੈਣਾ ਜਾਣਾ ਪੈਣਾ ਫਿਰ ਅਸੀਂ ਛੱਡ ਕੇ ਆ ਗਏ। ਉਹ ਪਿੱਪਲਾ ਦੀ ਛਾਵੇਂ ਓਤੀਆਂ ਦੇ ਵੇਲੇ ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ ਨੇ ਇਹ ਧੂੜਾਂ ਦੀ ਕਲਗੀ ਨੂੰ ਮੱਥੇ ਤੇ ਲਾ ਕੇ ਇੱਕ ਸਾਡੇ ਪਿਓ ਦਾ ਤੇ ਇੱਕ ਦਾ ਵਿਆਹ ਸੀ। ਅੱਛਾ, ਇਹ ਨਹੀਂ ਪਤਾ ਕੀ ਵੈਰ ਸੀ ਜਾਂ ਕੀ। ਅੱਛਾ, ਪਿਓ ਦਾਦਿਓਂ ਇੱਕ ਸਰਦਾਰ ਦੇ ਨਾਲ ਵੈਰ ਤੁਰਿਆ ਆ ਰਿਹਾ ਸੀ ਤੁਹਾਡਾ? ਉਹ ਸਾਡੀ ਗਲੀਏ ਨਹੀਂ ਲੱਗ ਸਕਦਾ, ਇੱਥੇ ਬਾਜ਼ਾਰ ਛੱਡੀ ਅਤੇ ਉੱਥੇ ਗਲੀਆਂ ਹੁੰਦੀਆਂ ਛੋਟੀਆਂ, ਉਹ ਸਾਡੀ ਗਲੀਏ ਨਹੀਂ ਲੰਘਿਆ। ਜਦੋਂ ਅਸੀਂ ਆਏ ਹਾਂ ਉਹ ਸਿੱਖ ਸਾਡੇ ਸਾਹਮਣੇ ਆ ਗਏ। ਅੱਛਾ, ਚਾਰ ਪੰਜ ਛੇ ਜੁੜੇ। ਅੱਛਾ, ਅਤੇ ਸਾਡਾ ਪਿਓ ਇੱਧਰ ਸਾਨੂੰ ਗਲੀ ਅੱਗੇ ਗੱਲ ਚ ਲੈ ਕੇ ਬੜਾ ਰੋਇਆ। ਅੱਛਾ, ਅਸੀਂ ਰੋਣ ਲੱਗੇ ਵੀ ਕੀ ਕਰ ਲਿਆ। ਅੱਛਾ, ਸਾਡੇ ਪਿਓ ਨੇ ਆਖਿਆ ਵੀ ਆ ਜਿਹੜਾ ਖਲੋਤਾ ਨਾ ਗਏ ਹਥਿਆਰ ਟੂੜੇ ਸੀ ਪੰਜਵਾਂ ਉਹ ਆਪ। ਅੱਛਾ, ਹਥਿਆਰਾਂ ਦੇ ਨਾਲ? ਆਹੋ, ਹਥਿਆਰ ਸੀ ਉਹਨਾਂ ਕੋਲ। ਤਾਂ ਇਹ ਗੱਲ ਹੀ ਸੀ ਕਿ ਪਿਓ ਸਾਡਾ ਇਸ ਤੋਂ ਰੋਇਆ ਸੀ ਵੀ ਮੇਰਾ ਇਹਦਾ ਦੁੱਖ ਆ, ਅਭੀ ਮੇਰਾ ਇਹਦਾ ਵੈਰ ਚੱਲਦਾ। ਇਹਦਾ ਬੱਚਾ ਲੱਗਾ ਇਹਨੇ ਮੈਨੂੰ ਮਾਰ ਦੇਣਾ, ਤੁਸੀਂ ਅੱਲਾ ਦੀ। ਅੱਛਾ, ਅਸੀਂ ਵੀ ਰੋਣ ਲੈ ਪਏ ਇਹ ਕੀ ਲੱਗਾ ਬਣ। ਮੁੜ ਕੇ ਉਹ ਸਿੱਖ ਜਿਹੜਾ ਸੀ ਨਾ ਉਹਦੇ ਨਾਲ ਚਾਰ ਚੂੜੇ ਸੀ ਆਪਣੇ ਹਥਿਆਰ ਛੱਡ ਕੇ ਚੂੜਿਆਂ ਨੂੰ ਫੜਾ ਕੇ ਖਾਲੀ ਹੱਥੀ ਹੋ ਗਿਆ। ਅੱਛਾ, ਸਾਡੀਆਂ ਮਾਈਆਂ ਦੋ ਹੀ ਦਾਪ ਲੈਣਾ ਫਜ਼ਲ ਦੀਨ ਸੀ ਸਾਡੇ, ਉਹਨੇ ਜਦੋਂ ਲਾਗੇ ਆਇਆ ਨਾ ਥੋੜ੍ਹਾ ਜਿਹਾ ਹਟਮਾ ਸੀ ਹਾਂਜੀ ਪਿਛਾ ਨੂੰ ਮੂੰਹ ਕਰਕੇ ਨਾ ਕਹਿੰਦਾ ਸਾਡੇ ਬਾਪ ਦਾ ਨਾਂ ਲੈ ਕੇ ਫਜ਼ਲ ਦੀਨ ਖੁੱਲ੍ਹੇ ਦਿਲ ਜਾ, ਅੱਜ ਤੇਰਾ ਮੇਰਾ ਦੁੱਖ ਮੁੱਕ ਗਿਆ। ਅੱਛਾ, ਜੇ ਰਲ ਕੇ ਵੱਸਦੇ ਰਹਿੰਦੇ ਉਹ ਕਰ ਜਾਣਾ ਸੀ ਅਤੇ ਅੱਜ ਪਰਦੇਸੀ ਹੋ ਜਾਣਾ। ਚੂੜਿਆਂ ਨੂੰ ਫੜਾ ਕੇ ਖਾਲੀ ਹੱਥੀ ਹੋ ਗਏ ਮੁੜ ਕੇ ਉਹ ਜੋ ਸਾਡਾ ਵੀ ਦਰਗਾਹ ਇਧਰੋਂ ਗਾਹ ਹੋ ਗਿਆ ਤੇਰੇ ਦੋਵੇਂ ਜਣੇ ਨਾ ਜੱਫੀ ਪਾ ਕੇ ਬੜਾ ਰੋਏ ਬੜਾ ਰੋਏ। ਅੱਛਾ, ਰੋਣ ਲੱਗ ਪਏ ਦੋਵੇਂ ਦੋਵੇਂ ਜਿਹੜਾ ਸਿੱਖ ਸੀ ਸਾਡਾ ਪਿਓ ਆਪਸ 'ਚ ਵੈਰ ਸੀ ਉਦੋਂ। ਅੱਛਾ, ਉਹਨੇ ਆਖਿਆ ਸਿੱਖ ਨੇ ਇਹ ਗੱਲ ਕਹੀ ਵੀ ਫਜ਼ਲ ਦੀ ਨਾ ਅੱਜ ਘੋੜਾ ਜੀ ਨਾ ਘਬਰਾਉਣਾ, ਜੇ ਲੜ ਕੇ ਬੈਠੇ ਰਹਿੰਦੇ ਤੇ ਪੁੱਤ ਪੁੱਤਰੀਆਂ ਜ਼ਿਕਰ ਜਾਣਾ ਸੀ ਵੈਰ ਵੈਰ ਜਾਣਾ ਸੀ, ਅੱਜ ਤੋਂ ਪਰਦੇਸੀ ਹੋ ਜਾਂਦੇ ਮੈਂ ਵੈਰ ਲੈਂਦਾ ਚੰਗਾ ਲੱਗ। ਉਹ ਫਿਰ ਸਾਨੂੰ ਸਿੱਖ ਚਾਰ ਚੂੜੇ ਸੀ, ਦੋ ਸਭ ਦੇ ਮਗਰ ਲਾਏ ਦੋ ਅੱਗੇ ਲਾਏ, ਉਹਨਾਂ ਤੋਂ ਅੱਗੇ ਆਪ ਇੱਕ ਅੱਗੇ ਹੋਇਆ ਪੈਲੀ ਜਿੱਥੇ ਹੱਥ ਖੜਾ ਕੀਤਾ ਉੱਥੇ ਖੜਾ ਜੀ
अच्छा जो जान का वैरी सारी उम्र ओ ही छड़न आया तो सज्जन काम आया।